ਇੱਕ ਵਾਰ ਮੁੜ ਤੋਂ ਇਲਾਕੇ ਦੇ ਵਿੱਚ ਤੇਂਦੂਆ ਦਿਖਣ ਦੇ ਨਾਲ ਲੋਕਾਂ ਦੇ ਵਿੱਚ ਹੜਕੰਪ ਮੱਚ ਗਿਆ। ਦੱਸ ਦਈਏ ਕਿ ਦੁਪਹਿਰ 3:15 ਵਜੇ ਦੇ ਕਰੀਬ ਇਹ ਤੇਂਦੂਆ ਦੇਖਿਆ ਗਿਆ। ਇੱਕ ਵਿਅਕਤੀ ਜਦੋਂ ਆਪਣੀ ਪਤਨੀ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਜਾਣ ਲੱਗਿਆ ਤਾਂ ਗਲੀ ਦੇ ਵਿੱਚ ਇੱਕ ਉਸਨੂੰ ਜਾਨਵਰ ਨਜ਼ਰ ਆਇਆ। ਜਦੋਂ ਉਸਨੇ ਉਸਨੂੰ ਧਿਆਨ ਨਾਲ ਦੇਖਿਆ ਤਾਂ ਉਹ ਜਾਨਵਰ ਇੱਕ ਛਾਲ ਦੇ ਵਿੱਚ ਹੀ ਦੂਸਰੇ ਪਾਸੇ ਟੱਪ ਜਾਂਦਾ। ਹਾਲਾਂਕਿ ਉਹ ਵਿਅਕਤੀ ਘਬਰਾ ਜਾਂਦਾ ਅਤੇ ਉਸਦੇ ਵੱਲੋਂ ਜਦੋਂ ਆਲੇ ਦੁਆਲੇ ਲੱਗੀ CCTV ਫੁਟੇਜ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਉਸਦੇ ਵਿੱਚ ਤੇਂਦੂਏ ਦੀਆਂ ਤਸਵੀਰਾਂ ਸਾਫ਼ ਕੈਦ ਹੋ ਗਈਆਂ ਨੇ। ਤਾਂ ਦੱਸ ਦਈਏ ਕਿ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਵਿੱਚ ਇਹ ਤੇਂਦੂਆ ਦੇਖਣ ਦੇ ਵਿੱਚ ਸਾਹਮਣੇ ਆਇਆ, ਜਿੱਥੇ ਕਿ ਹੁਣ ਲੋਕਾਂ ਦੇ ਵਿੱਚ ਹੜਕੰਪ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜੰਗਲਾਤ ਵਿਭਾਗ ਦੇ ਵੱਲੋਂ ਵੀ ਲਗਾਤਾਰ ਹੁਣ ਤੇਂਦੂਏ ਦੀ ਭਾਲ ਦੇ ਵਿੱਚ ਲਗਾਤਾਰ ਜੰਗਲਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਤੇਂਦੂਏ ਨੂੰ ਕਾਬੂ ਕੀਤਾ ਜਾ ਸਕੇ। ਹਾਲਾਂਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਹਾਲੇ ਖਬਰ ਸਾਹਮਣੇ ਨਹੀਂ ਆਈ ਹੈ, ਪਰ ਇਹ ਤੇਂਦੂਆ CCTV ਦੇ ਵਿੱਚ ਕੈਦ ਜ਼ਰੂਰ ਹੋ ਗਿਆ। ਹਾਲਾਂਕਿ ਉਸ ਵਿਅਕਤੀ ਦਾ ਕਹਿਣਾ ਕਿ ਜੇਕਰ ਉਸਦੇ ਨਾਲ ਕੋਈ ਹੋਰ ਵਿਅਕਤੀ ਹੁੰਦਾ ਤਾਂ ਉਹ ਉਸਦਾ ਪਿੱਛਾ ਵੀ ਕਰਦੇ ਅਤੇ ਦੇਖਦੇ ਕਿ ਵਾਕਈ ਉਹ ਤੇਂਦੂ ਹੈ ਜਾਂ ਫਿਰ ਕੋਈ ਹੋਰ ਜਾਨਵਰ ਹੈ, ਕਿਉਂਕਿ ਉਸਨੇ ਕਿਹਾ ਕਿ ਜਦੋਂ ਉਹ ਕਾਰ ਦੇ ਵਿੱਚ ਬੈਠਣ ਲੱਗਿਆ ਤਾਂ ਗਲੀ ਦੇ ਵਿੱਚ ਉਸਨੂੰ ਇਹ ਜਾਨਵਰ ਦਿਖਾਈ ਦਿੱਤਾ ਅਤੇ ਜਦੋਂ ਤੱਕ ਕਿ ਉਸਦੇ ਕੋਲ ਭੱਜ ਕੇ ਜਾਂਦਾ ਤਾਂ ਉਸਨੇ ਇੱਕ ਐਡੀ ਲੰਬੀ ਛਾਲ ਮਾਰੀ ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਉਸਦੇ ਵੀ ਹੋਸ਼ ਉੱਡ ਗਏ ਅਤੇ ਉਸ ਤੋਂ ਸ਼ੱਕ ਹੋਇਆ ਕਿ ਇਹ ਸ਼ਾਇਦ ਤੇਂਦੂ ਹੈ। ਪਰ ਜਦੋਂ CCTV ਦੇਖੀ ਗਈ ਤਾਂ ਉਸਦੇ ਵਿੱਚ ਇਹ ਤੇਂਦੂਆ ਕੈਦ ਹੋ ਗਿਆ। ਫਿਲਹਾਲ ਜੰਗਲਾਤ ਵਿਭਾਗ ਜੋ ਹੈ ਲਗਾਤਾਰ ਪੂਰੇ ਅਲਰਟ ਮੋਡ ਦੇ ਉੱਤੇ ਹੈ ਅਤੇ ਉਸਦੇ ਵੱਲੋਂ ਵੀ ਜੋ ਹੁਣ ਇਸਦੇ ਭਾਲ ਦੇ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਤਿੰਨ ਕੁ ਇਹਦੀ ਗੱਲ ਆ, ਇੱਕ ਤੇਂਦੂਏ ਟਾਈਪ ਦਾ ਜਾਨਵਰ ਤੇਂਦੂਆ ਹੀ ਆ, ਇਹ CCTV ਕੈਮਰਿਆਂ ਦੇ ਵਿੱਚੋਂ ਪਹਿਚਾਣ ਹੋਈ ਆ। ਉੱਥੇ ਕੋਈ ਹਰਚੋਵਾਲ ਸਾਈਡ ਨੂੰ ਜਾ ਰਹੇ ਸੀ ਅਤੇ ਉਹਨਾਂ ਨੇ ਸਾਨੂੰ ਇਹ ਖਬਰ ਦਿੱਤੀ ਵੀ ਉੱਥੇ ਤੇਂਦੂਆ ਵੇਖਿਆ ਗਿਆ ਹੈ। ਅਤੇ ਜਦੋਂ ਅਸੀਂ ਉੱਥੇ ਜਾ ਕੇ ਮੌਕੇ 'ਤੇ ਜਾਂਚ ਪੜਤਾਲ ਕੀਤੀ CCTV ਕੈਮਰਿਆਂ ਨਾਲ, ਅਤੇ ਤੇਂਦੂਆ ਹੀ ਨਿਕਲਿਆ ਹੈ। ਇਹਦੇ ਬਾਰੇ ਲੋਕਾਂ ਨੂੰ ਇਹੋ ਹੀ ਅਪੀਲ ਆ ਮੇਰੀ ਵੀ ਇੱਕ ਤਾਂ ਖਾਲੀ ਪਲਾਟ ਜਾਂ ਕੋਈ ਘਰ ਆ ਜਿਵੇਂ ਦੂਸਰੀ ਮੰਜ਼ਿਲ ਹੋ ਗਈ, ਇਹਦੀ ਛਾਲ ਵੀ ਬਹੁਤ ਜ਼ਿਆਦਾ ਹੁੰਦੀ ਆ, 10-12 ਫੁੱਟ ਤੱਕ ਛਾਲ ਵੀ ਮਾਰ ਸਕਦਾ। ਆਪਣੇ ਲਾਗੇ ਬੰਨੇ ਧਿਆਨ ਰੱਖਣ, ਲੋਕ ਵੀ ਕੋਈ ਕਿਸੇ ਦੇ ਘਰ ਬੰਦ ਆ, ਤਾਲਾ ਲੱਗਾ, ਕੋਈ ਬਾਹਰ ਅੰਦਰ ਗਿਆ ਹੈ, ਉਹਦੇ ਵੱਲੋਂ ਵੀ ਮਤਲਬ ਅਹਿਤਿਆਤ ਵਰਤਣ ਵੀ ਉੱਥੇ ਵੀ ਛੁਪ ਸਕਦਾ, ਉੱਥੇ ਵੀ ਲੁਕ ਸਕਦਾ ਹੈ। ਜੰਗਲਾਤ ਮਹਿਕਮੇ ਵੱਲੋਂ ਸਾਡੀਆਂ ਜਿਹੜੀਆਂ ਟੀਮਾਂ ਹੈ ਅਸੀਂ ਲੱਗੇ ਹਾਂ ਇਹਨੂੰ ਫੜਨ ਦੇ ਵਿੱਚ, ਅਤੇ ਜਲਦੀ ਇਹਨੂੰ ਫੜ ਲਿਆ ਜਾਏਗਾ। ਮੇਨ ਚੀਜ਼ ਇਹ ਆ ਵੀ ਲੋਕ ਸਾਵਧਾਨ ਰਹਿਣ, ਜਦੋਂ ਤੱਕ ਫੜਿਆ ਨਹੀਂ ਜਾਂਦਾ, ਇੱਕ ਤਾਂ ਛੋਟੇ ਬੱਚਿਆਂ ਨੂੰ ਬਾਹਰ ਨਾ ਭੇਜਣ, ਇੱਕ ਜਦੋਂ ਆਪ ਵੀ ਬਾਹਰ ਜਾਣ ਹੱਥ 'ਚ ਕੋਈ ਸਟਿੱਕ ਵਗੈਰਾ ਰੱਖਣ, ਡੰਡਾ ਵਗੈਰਾ ਰੱਖਣ, ਡੰਡਾ ਵੇਖ ਕੇ ਜਾਨਵਰ ਜਿਹੜਾ ਕੋਈ ਵੀ ਕਿਸੇ ਤਰੀਕੇ ਦਾ ਵੀ ਜਾਨਵਰ ਉਹ ਹਮਲਾ ਨਹੀਂ ਕਰੇਗਾ ਡੰਡਾ ਵੇਖ ਕੇ। ਅਤੇ ਇਹ ਵੈਸੇ ਵੀ ਖੂਨਖਾਰ ਜਾਨਵਰ ਹੁੰਦੇ, ਕਿਸੇ ਦਾ ਲਿਹਾਜ਼ ਨਹੀਂ ਕਰਦੇ, ਕਿਸੇ ਦੇ ਮਿੱਤਰ ਨਹੀਂ ਆ। ਅਤੇ ਜੇ ਕਿਸੇ ਨੂੰ ਵੀ ਇਹ ਦਿਸਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੇ, ਜੰਗਲਾਤ ਵਿਭਾਗ ਨੂੰ ਜਾਣਕਾਰੀ ਦੇਵੇ ਵੀ, ਕਿਉਂਕਿ ਇਹ ਲੁਕ ਛੁਪ ਕੇ ਜਗ੍ਹਾ ਬਦਲ ਰਿਹਾ ਹੈ। ਕੁਛ ਦਿਨ ਪਹਿਲਾਂ ਇਹਨੂੰ ਹੋਰ ਵੀ ਕਈ ਥਾਵਾਂ 'ਤੇ ਵੇਖਿਆ ਗਿਆ ਪਰ ਇਹ ਪਕੜ 'ਚ ਨਹੀਂ ਆ ਰਿਹਾ। ਇਹ ਕਾਫੀ ਖਤਰਨਾਕ ਹੈ ਵੀ ਬੰਦਾ ਜਿਹੜਾ ਬੰਦੇ 'ਤੇ ਹਮਲਾ ਕਰਕੇ ਬੰਦੇ ਨੂੰ ਮਾਰ ਸਕਦਾ, ਖਾ ਸਕਦਾ ਹੈ। ਜੀ, ਮੇਰਾ ਨਾਮ ਹਲੀਮ ਹੈ। ਮੈਂ ਲਗਭਗ ਅੱਜ ਦੁਪਹਿਰ ਮੈਂ 3:15 ਵਜੇ 3:10 ਕੇ ਆਸ ਪਾਸ ਆਪਣੀ ਵਾਈਫ ਕੇ ਸਾਥ ਕਹੀਂ ਜਾਣੇ ਕੇ ਲਈ ਨਿਕਲਾ, ਤੋ ਜੈਸੇ ਮੈਨੇ ਆਪਣੀ ਗਾੜੀ ਮੇਂ ਬੈਠ ਕੇ ਮੈਂ ਬਿਲਕੁਲ ਯਹਾਂ ਮੋੜ ਤੱਕ ਪਹੁੰਚਾ ਹੂੰ, ਤੋ ਮੁਝੇ ਯਹਾਂ ਸੇ ਜਸਟ ਬਿਲਕੁਲ ਇਸੀ ਜਗ੍ਹਾ ਸੇ ਕੁਛ ਅਜੀਬ ਸਾ ਇੱਕ ਜਾਨਵਰ ਦਿਖਾਈ ਦਿਆ ਨਿਕਲਤਾ ਹੁਆ, ਜੋ ਕਿ ਇੱਕ ਨੋਰਮਲ ਜਾਨਵਰ ਨਹੀਂ ਲਗਾ ਮੁਝੇ, ਜਿਸ ਕੀ ਵਜ੍ਹਾ ਸੇ ਮੈਨੇ ਯਹਾਂ ਆਸ ਪਾਸ ਲੋਗੋਂ ਕੋ ਬਤਾਇਆ
लेकिन मुझे यहाँ पे कोई दिखाई नहीं दिया जिसको मैं बता सकूँ, तो इसी वजह से मैं जंगलात वालों को मैंने फ़ोन किया है। अब वो उस मामले में जैसे भी अच्छे समझे अपनी कार्रवाई को करें। हाँ जी सर, यहाँ से बिल्कुल लगभग 3:12 या 13 के आसपास यहाँ से निकला है और काफ़ी बड़ा जानवर था वो लगभग, और इस साइड में चला गया वो, तो मैंने काफ़ी देखने की कोशिश की लेकिन मुझे नॉर्मल ऐसे दिखाई नहीं दिया। हाँ अगर कोई मेरे साथ होता तो मैं जरूर ढूंढने की कोशिश करते हैं। एक बार मुड़ तो इलाके दे विच तेंदुआ दिखण दे नाल लोकां दे विच हड़कंप मच गया। दस दिए कि दोपहर 3:15 दे करीब यह तेंदुआ देखा गया है। एक व्यक्ति जो अपनी पत्नी दे नाल कार दे विच सवार होके जाण लग्या तां गली दे विच एक उसनू जानवर नज़र आया। जो उसने उसनू ध्यान नाल देखा तां उह जानवर एक छाल दे विच ही दूसरे पासे टप जांदा है। हालांकि उह व्यक्ति घबरा जांदा है ते उसदे वल्लों जदों आले दुआले लगी सीसीटीवी फुटेज नू चैक किया जांदा है तां उसदे विच तेंदुए दीआं तस्वीरां साफ कैद हो गई ने। तो दस दिए कि गुरदासपुर के हल्का कादिया के तेंदुआ देखने दे सामने आया है, जिथे कि हुण लोगों के हड़कंप है। हालांकि इस घटना तो बाद जंगलात विभाग को भी जानकारी दे दी गई है, तो जंगलात विभाग के वलों भी लगातार हुण तेंदुए की भाल के लगातार जंगलों के छापेमारी की जा रही है ता जो तेंदुए नू काबू किया जा सके। हालांकि किसी के भी जानी नुकसान की हाले खबर सामने नहीं आई है, पर यह तेंदुआ सीसीटीवी दे विच कैद जरूर हो गया। हालांकि उस व्यक्ति का कहना कि जेकर उसके नाल कोई होर व्यक्ति हुंदा ता ओ उसका पिछा भी करदे अते देखदे कि वाकई वह तेंदुआ है या फिर कोई होर जानवर है, क्योंकि उसने कहा कि जो वह कार दे विच बैठन लग्या तो गली दे विच उसनू यह जानवर दिखाई दिता, तो जदों तक कि उसके कोल भज के जाता तो उसने एक एड्डी लंबी छाल मारी जिसनों देख के एक बार तो उसके भी होश उड गए, तो उस तो शक होया कि यह शायद तेंदुआ है, पर जो सीसीटीवी देखी गई तो उस दे विच यह तेंदुआ कैद हो गया। फिलहाल जंगलात विभाग जो है लगातार पूरे अलर्ट मोड के उत्ते है, तो उसके वालों भी जो हूँ इस दे भाल दे विच छापेमारी शुरू कर दी गई है। 3 बजे की गल आ, एक तेंदुए टाइप का जानवर तेंदुआ ही आ, सीसीटीवी कैमरिया के पहचान हुई है। उत्थे कोई हरचोवाल साइड न जा रहे थे तो उन्होंने सानू ये खबर दी भी उत्थे तेंदुआ वेख्या गया है। जदों असी उत्थे जाके मौके ते जांच पड़ताल की सीसीटीवी कैमरिया नाल ते तेंदुआ ही निकलिया है। इहदे बारे लोकां नू इहो ही अपील आ मेरी भी, एक ते खाली प्लाट या कोई घर आ जिस जिवें दूसरी मंजिल होगी इहदी छाल भी बहुत ज़्यादा हुंदी आ, 10-12 फुट तक छाल भी मार सकदा। अपने लागे बन्ने ध्यान रखन, लोग भी कोई किसी के घर बंद आ ताला लगा कोई बाहर अंदर गया है ਉਹਦੇ ਵੱਲੋਂ ਵੀ ਮਤਲਬ ਅਹਤਿਆਤ ਵਰਤਨ ਵੀ, ਉੱਥੇ ਵੀ ਛੁਪ ਸਕਦਾ ਉੱਥੇ ਵੀ ਲੁਕ ਸਕਦਾ ਹੈ। ਜੰਗਲਾਤ ਮਹਿਕਮੇ ਵੱਲੋਂ ਸਾਡੀਆਂ ਜਿਹੜੀਆਂ ਟੀਮਾਂ ਹੈ ਅਸੀਂ ਲੱਗੇ ਹਾਂ ਇਹਨੂੰ ਫੜਨ ਦੇ ਵਿੱਚ, ਅਤੇ ਜਲਦੀ ਇਹਨੂੰ ਫੜ ਲਿਆ ਜਾਏਗਾ। ਮੇਨ ਚੀਜ਼ ਇਹ ਆ ਵੀ ਲੋਕ ਸਾਵਧਾਨ ਰਹਿਣ, ਜਦੋਂ ਤੱਕ ਇਹ ਫੜਿਆ ਨਹੀਂ ਜਾਂਦਾ, ਇੱਕ ਤਾਂ ਛੋਟੇ ਬੱਚਿਆਂ ਨੂੰ ਬਾਹਰ ਨਾ ਭੇਜਣ, ਇੱਕ ਜਦੋਂ ਆਪ ਵੀ ਬਾਹਰ ਜਾਣ ਹੱਥ 'ਚ ਕੋਈ ਸਟਿੱਕ ਵਗੈਰਾ ਰੱਖਣ, ਡੰਡਾ ਵਗੈਰਾ ਰੱਖਣ, ਡੰਡਾ ਵੇਖ ਕੇ ਜਾਨਵਰ ਜਿਹੜਾ ਕੋਈ ਵੀ ਜਿਸ ਕਿਸੇ ਤਰੀਕੇ ਦਾ ਵੀ ਜਾਨਵਰ ਉਹ ਹਮਲਾ ਨਹੀਂ ਕਰੇਗਾ ਡੰਡਾ ਵੇਖ ਕੇ। ਅਤੇ ਇਹ ਵੈਸੇ ਵੀ ਖੂਨਖਾਰ ਜਾਨਵਰ ਹੁੰਦੇ, ਕਿਸੇ ਦਾ ਲਿਹਾਜ਼ ਨਹੀਂ ਕਰਦੇ, ਕਿਸੇ ਦੇ ਮਿੱਤਰ ਨਹੀਂ ਆ, ਅਤੇ ਜੇ ਕਿਸੇ ਨੂੰ ਵੀ ਇਹ ਦਿਸਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੇ, ਜੰਗਲਾਤ ਵਿਭਾਗ ਨੂੰ ਜਾਣਕਾਰੀ ਦੇਵੇ ਵੀ, ਕਿਉਂਕਿ ਇਹ ਲੁਕ ਛੁਪ ਕੇ ਜਗ੍ਹਾ ਬਦਲ ਰਿਹਾ ਹੈ। ਕੁਛ ਦਿਨ ਪਹਿਲਾਂ ਇਹਨੂੰ ਹੋਰ ਵੀ ਕਈ ਥਾਵਾਂ 'ਤੇ ਵੇਖਿਆ ਗਿਆ ਪਰ ਇਹ ਪਕੜ 'ਚ ਨਹੀਂ ਆ ਰਿਹਾ।
ਇਹ ਕਾਫੀ ਖਤਰਨਾਕ ਹੈ ਵੀ ਬੰਦਾ ਜਿਹੜਾ ਬੰਦੇ ਤੇ ਹਮਲਾ ਕਰਕੇ ਬੰਦੇ ਨੂੰ ਮਾਰ ਸਕਦਾ ਹੈ ਖਾ ਸਕਦਾ ਹੈ। ਜੀ ਮੇਰਾ ਨਾਮ ਹਲੀਮ ਹੈ, ਮੈਂ ਲਗਭਗ ਅੱਜ ਦੁਪਹਿਰ ਮੈਂ 3:15 ਵਜੇ 3:10 ਕੇ ਆਸ ਪਾਸ ਆਪਣੀ ਵਾਈਫ ਕੇ ਸਾਥ ਕਹੀਂ ਜਾਣੇ ਕੇ ਲੀਏ ਨਿਕਲਾ, ਤੋ ਜੈਸੇ ਮੈਨੇ ਆਪਣੀ ਗਾੜੀ ਮੇਂ ਬੈਠ ਕੇ ਮੈਂ ਬਿਲਕੁਲ ਯਹਾਂ ਮੋੜ ਤੱਕ ਪਹੁੰਚਾ ਹੂੰ, ਤੋ ਮੁਝੇ ਯਹਾਂ ਸੇ ਜਸਟ ਬਿਲਕੁਲ ਇਸੀ ਜਗ੍ਹਾ ਸੇ ਕੁਛ ਅਜੀਬ ਸਾ ਇੱਕ ਜਾਨਵਰ ਦਿਖਾਈ ਦੀਆ ਨਿਕਲਤਾ ਹੁਆ, ਜੋ ਕਿ ਇੱਕ ਨੋਰਮਲ ਜਾਨਵਰ ਨਹੀਂ ਲਗਾ ਮੁਝੇ, ਜਿਸ ਕੀ ਵਜ੍ਹਾ ਸੇ ਮੈਨੇ ਯਹਾਂ ਆਸ ਪਾਸ ਲੋਗੋਂ ਕੋ ਬਤਾਇਆ, ਲੇਕਿਨ ਮੁਝੇ ਯਹਾਂ ਪੇ ਕੋਈ ਦਿਖਾਈ ਨਹੀਂ ਦੀਆ ਜਿਸ ਕੋ ਮੈਂ ਬਤਾ ਸਕੂੰ, ਤੋ ਇਸੀ ਵਜ੍ਹਾ ਸੇ ਮੈਂ ਜੰਗਲਾਤ ਵਾਲੋ ਕੋ ਮੈਨੇ ਫੋਨ ਕੀਆ ਹੈ, ਅਬ ਉਸ ਮਾਮਲੇ ਮੇਂ ਜੈਸੇ ਵੀ ਅੱਛੇ ਸਮਝੇ ਆਪਣੀ ਕਾਰਵਾਈ ਕੋ ਕਰੇਂ। ਹਾਂਜੀ ਸਰ, ਯਹਾਂ ਸੇ ਬਿਲਕੁਲ ਲਗਭਗ 3:12 ਜਾਂ 13 ਮਿੰਟ ਕੇ ਆਸ ਪਾਸ ਯਹਾਂ ਸੇ ਨਿਕਲਾ ਹੈ, ਔਰ ਕਾਫੀ ਬੜਾ ਜਾਨਵਰ ਥਾ ਵੋ ਲਗਭਗ, ਔਰ ਇਸ ਸਾਈਡ ਮੇਂ ਚਲਾ ਗਿਆ ਵੋ, ਤੋ ਮੈਨੇ ਕਾਫੀ ਦੇਖਣੇ ਕੀ ਕੋਸ਼ਿਸ਼ ਕੀ, ਲੇਕਿਨ ਮੁਝੇ ਨੋਰਮਲ ਵੈਸੇ ਦਿਖਾਈ ਨਹੀਂ ਦੀਆ, ਹਾਂ ਅਗਰ ਕੋਈ ਮੇਰੇ ਸਾਥ ਹੋਤੇ ਤੋ ਮੈਂ ਜ਼ਰੂਰ ਢੂੰਢਣੇ ਕੋਸ਼ਿਸ਼ ਕਰਤੇ ਹਮ।